بسم الله الرحمن الرحيم الحمد لله رب العالمين الرحمن الرحيم ما إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين اللهم صل على محمد وآل محمد وأجل فرج آل محمد صلوات پڑھو باواز بلند اللہم صلی علی محمد درود پڑھنا ایک بڑی اہم عبادت ہے مل کے صلوات پڑھو خوشنودی منتظر زمانہ دی خاطر درود بھیجو اللہم صلی علی محمد اکھا بند کر کے استقبال روح معصومہ دی خاطر درود بھیجو اللہم صلی علی محمد جڑے موالی بیٹھو حیدر کرار دے مل کے نام امیر دی گونجو اے حیدر مہربانی یہاں شریف آؤ سب تو پہلے تو میری دعا نے کہ مولا کائنات تن کل دنیا دے دکھاں تکلیفاں تو محفوظ رکھے ساری اس نازک دور دیاں مجلساں خلاق عالم حقیقی بادشاہ عبادت شمار کرے شغل شمار نہ کرے اس نازک دور دے وچ ہر شریف دی عزت محفوظ رہے مرگے حسین حسین کریں دے اٹھی ویے علی علی کریں دے دامن پنجہ تے باہراں دووے ہتھ اساں گنہ گاراں دووے خدا تعالیٰ بانی مجلس میاں غلام حسن میاں غلام عباس دی پھوڑی وچھائی مولا منظور تے مقبول فرما انہاں لوگاں دے رزق وچ مولا کائنات برکت پاوے مولا انہاں دے بچیاں دی عمر دراز فرماوے انہاں دے خرچ خراجات نظر نیاز دربار زہرا وچ مولا منظور تے مقبول فرماوے انہاں دے جتنے بھی مرحومین ان مولا انہاں نوں کروٹ کروٹ جنت نصیب فرماوے مولا انہاں دے صغیرہ کبیرہ گناہ معاف فرماوے مولا انہاں دی قبراں منور فرماوے میاں غلام حسن میاں غلام عباس نو مولا شفاء کاملہ عاجلہ عطا فرماوے تسی جتنے آئے بیٹھے اس دربار عالیہ چ مولا تہاڈا ٹرایا منظور تے مقبول فرماوے ہن درود بھیجو آل محمد دی ذات تے اللہم صلی سلوات سارے نو یاد مل کے سلوات پڑھو اللہم صلی علی محمد ہے اجازت میں پڑھائی شروع کر جناب دا بھی حکم ہے مولا تونوں بڑے رنگ لاوے امام زمانہ تونوں اپنے حفظ و امان وچ رکھے مولا تونوں کوئی دکھ تکلیف دے ہی نہیں مسافر شام دا صدقہ وقت زیادہ ہو گیا اگر حکم دیو میں سارا مصائب سنا چھوڑا قصیدے ڈھیر سارے بندے یہاں پڑھے نے اوئے ہوئے انہاں نوں نہیں آندا اے گل تہاڈی ایاتی او چلو ایک شیر پڑھدا سیو دے تینوں ابھرے آ توں تاں میرے کول سو لئی کھلا اللہ ایاتی کری مولا رنگ لاوی اچھا تیریاں ایاتیاں پیدا آپاں ویراں اے مرید اے
ਅੱਛਾ ਮੌਲਾ ਤੁਹਾਨੂੰ ਵੱਡੇ ਰੰਗ ਲਾਵੇ ਸਦਕਾ ਪਾਕਾਂ ਦਾ, ਮੇਰੇ ਤੇ ਦੋਵੇਂ ਬਿਰਾ ਬਿਰਾ, ਮੈਂ ਤਾਂ ਇਹਨਾਂ ਨੂੰ ਛੱਡ ਨਹੀਂ ਸਕਦਾ। ਅੱਗੇ ਭਾਈ ਮੁਜ਼ੰਮਿਲ ਸ਼ਾਹ ਸਾਹਿਬ ਪੜ੍ਹਦੇ ਪਏ ਹਨ, ਫਰਮਾਨੇ ਨਬਵੀ ਹੈ, ਆਪਣੀਆਂ ਮਜਲਸਾਂ ਨੂੰ ਜ਼ੀਨਤ ਦਿਓ ਮੇਰੇ ਬਿਰਾ ਆਇਲੀ ਦੇ ਜ਼ਿਕਰ, ਬੋਲੇ ਕਰੋ। ਇਹ ਮਜਲਸ ਵਿੱਚ ਬੋਲਣਾ ਇਬਾਦਤ ਸ਼ੁਮਾਰ ਹੈ। ਫਿਰ ਇਰਸ਼ਾਦ ਨਬਵੀ ਹੈ, ਸ਼ਾਬਾਨ ਮੈਂ ਮੁਹੰਮਦ ਦਾ ਮਹੀਨਾ, ਰਜਬ ਮੇਰੇ ਬਿਰਾ ਆਇਲੀ ਦਾ ਮਹੀਨਾ, ਮਾਹ ਰਮਜ਼ਾਨ ਅੱਲਾਹ ਦਾ ਮਹੀਨਾ। ਬੋਲੇ ਕਰੋ ਜਾਨ ਅਮਲ ਬੈਠੇ ਕਰੋ, ਤੁਹਾਡੀ ਹਯਾਤੀ ਹੋਵੇ। ਤਾਂ ਮਹੀਨਾ ਰਜਬ ਦਾ ਇਸ ਮਹੀਨੇ ਦੀ ਨਿਸਬਤ ਹੈ ਅਮੀਰ ਕਾਇਨਾਤ ਨਾਲ, ਸਰਕਾਰ ਅਮੀਰ ਅਲ ਮੋਮਿਨੀਨ ਅਲੀ ਇਬਨ ਅਬੀ ਤਾਲਿਬ ਅਲੈਹਿਸ ਸਲਾਮ ਦੇ ਨਾਲ। ਸੋ ਜੀ ਮੇਰੇ ਨਾਲ ਇੱਕੋ ਹੈ ਤੇ ਮੈਂ ਪੜ੍ਹਦਾ ਹੀ ਹਾਂ। ਆ ਸੱਯਦ ਚਾਹ ਕਿਹਾ ਹੈ ਤੋ ਇੱਕ ਸ਼ੇਰ ਰਜਬ ਦੇ ਹਵਾਲੇ ਨਾਲ। ਵਾਲਦੇ ਅਮੀਰ ਅਲ ਮੋਮਿਨੀਨ ਲੰਗਰ ਆਸਮਾਨੋ ਜ਼ਮੀਨ, ਜਿਹੜੇ ਬੋਲ ਸਕੋ ਜੇ ਸਾਨੂੰ ਸਿਹਰਾ ਲੈਂਦੇ ਹੋ ਦਿਲ ਕਹਿੰਦਾ ਇਹਨਾਂ ਦੇ ਬੱਕੀ ਪਾਏ ਵਜਾ ਤੁਹਾਡੀ ਹੈ ਸਾਰੇ ਮਰਕਜ਼ ਅਨਵਾਰੇ ਕਾਇਨਾਤ ਦੀ ਵਾਲਦਾ ਗਰਾਮੀ ਜਨਾਬੇ ਫਾਤਿਮਾ ਬਿੰਤੇ ਅਸਦ, ਜਿਹੜੇ ਬੋਲ ਸਕੋ ਜੀ ਵਾਰ ਸਾਹਿਬ। ਬੀਬੀ ਰਿਵਾਇਤ ਫਰਮਾਇੰਦੀਆਂ ਬਾਹਰਾਂ ਰਜਬ ਦਾ ਦਿਨ ਦੀਗਰ ਤੇ ਆਇਆ ਹੈ, ਮੈਂ ਆਪਣੇ ਸਿਹਨ ਚ ਬੈਠੀ ਆ, ਫੌਰਨ ਆਵਾਜ਼ ਆਈ ਫਾਤਿਮਾ ਉੱਠੀ ਬੈਤੁੱਲਾ ਦੀ ਤਰਫ ਟੁਰ। ਸਮਝਦਾਰ ਬੰਦੇ ਜਿਹੜੇ ਅਠਾਈ ਆਏ ਬੈਠੇ ਹੋ, ਇਹ ਅਸਨ ਅਬਾਸ ਬੀਬੀ ਆਦੀ ਮੈਂ ਸੱਜੇ ਡਿੱਠਾ ਖੱਬੇ ਡਿੱਠਾ ਬੋਲਣ ਵਾਲਾ ਹੇ ਕੌਣ, ਆਵਾਜ਼ ਕਿਸ ਦਾ ਹੈ, ਹੁਕਮ ਏ ਜ਼ਦੀ ਹੋਇਆ, ਅੱਲਾਹ ਦਾ ਹੁਕਮ ਹੋਇਆ, ਬੈਤੁੱਲਾ ਦੀ ਤਰਫ ਟੁਰ। ਬੀਬੀ ਆਦੀ ਕਿਉਂ ਮੰਨਿਆ, ਅੱਲਾਹ ਦਾ ਹੁਕਮ ਹੈ, ਤੈਨੂੰ ਨਹੀਂ ਪਤਾ ਤੇਰੇ ਮੌਲੂਦ ਮਕਸੂਦ ਦਾ ਜ਼ਹੂਰ ਆਉਣ ਵਾਲਾ ਹੈ, ਕਿਆ ਬਾਤ ਹੈ, ਪਰ ਜਾਣ ਲਿਓ ਤੁਹਾਨੂੰ ਗਾਜ਼ੀ ਰੰਗ ਲਾਵੇ, ਹੈਦਰੀ ਤੁਹਾਡੀਆਂ ਹਯਾਤੀਆਂ ਹੋਵੇ, ਮੌਲਾ ਤੁਹਾਨੂੰ ਵੱਡੇ ਰੰਗ ਲਾਵੇ, ਮੌਲੂਦ ਮਕਸੂਦ ਦਾ ਜ਼ਹੂਰ ਆਉਣ ਵਾਲਾ। ਬੀਬੀ ਆਦੀ ਅੱਲਾਹ ਦਾ ਆਰਡਰ ਆਈ ਅਮਰ ਆਈ, ਮੈਂ ਉੱਠ ਕੇ ਟੁਰ ਪਈ। ਰਸਤੇ ਚ ਫੌਰਨ ਕਿਆਸ ਆਇਆ, ਜਿਨ੍ਹਾਂ ਦੀ ਅੱਖੀ ਤੇ ਜ਼ਹਿਨ ਮੇਰੇ ਪਾਸੇ ਨੇ, ਅੱਗੇ ਵੀ ਇੱਕ ਬੀਬੀ ਬਤੂਲ ਆਈ ਜਿਸ ਨੂੰ ਅੱਲਾਹ ਦਾ ਹੁਕਮ ਮਿਲਿਆ ਤੇਰੇ ਬੱਚੇ ਦੀ ਆਮਦ ਆਉਣ ਵਾਲੀ ਹੈ, ਬੈਤੁੱਲਾ ਦੀ ਤਰਫ ਟੁਰ। ਜਨਾਬ ਮਰੀਅਮ, ਬੜੇ ਸਮਝਦਾਰ ਬੰਦੇ ਬੈਠੇ ਹੋ, ਤੁਹਾਡੀ ਹਯਾਤੀ ਹੋਵੇ। ਬੀਬੀ ਜਦੋਂ ਗਈ ਆਈ ਨਾ ਕਾਬੇ ਦੀ ਦੀਵਾਰ ਕੋਲ, ਫੌਰਨ ਝਿੜਕ ਮਿਲੀ ਫਾਤਿਮਾ। ਬੜੇ ਸਮਝਦਾਰ ਬੰਦੇ ਬੈਠੇ ਹੋ, ਇਹ ਜ਼ਚਾ ਖਾਨਾ ਨਹੀਂ, ਇਹ ਬੈਤੁੱਲਾ ਹੈ। ਬੀਬੀ ਆਦੀ ਅੱਛੀ ਬਾਤ ਹੈ, ਮੈਂ ਰਸਤੇ ਚੋਂ ਹਟ ਵੰਜਾ, ਹਾਏ ਮੈਂ ਇਮਰਾਨ ਦੀ ਬੀਵੀ ਹਾਂ, ਅਬਦੁਲ ਮੁਤਲਬ ਦੀ ਨੋ ਹਾਂ, ਜਿਹੜੇ ਬੋਲ ਸਕੋ ਬੋਲਿਆ ਹੈ, ਬੰਦਾ ਜੀ ਸਿਰ ਲੋ ਕੇ ਬੈਠਾ ਰਹੇਗਾ ਗੱਲ ਹੈ, ਤੁਹਾਡੀ ਹਯਾਤੀ ਹੋਵੇ, ਹੈਦਰੀ। ਬੀਬੀ ਆਦੀ ਮਤਲਬ ਮੇਰੀ ਤੋਹੀਨ ਹੋਵੇ, ਬਿਜ਼ਤੀ ਹੋਵੇ, ਅੱਛੀ ਬਾਤ ਹੈ, ਮੈਂ ਵਾਪਸ ਹਟ ਵੰਜਾ। ਬੀਬੀ ਆਦੀ ਮੈਂ ਸੋਚਿੰਦੀ ਪਈ ਹਾਂ, ਫੌਰਨ ਝਿੜਕ ਮਿਲੀ ਫਾਤਿਮਾ, ਕੀ ਸੋਚ ਰਹੀ ਹੈ ਤੂੰ, ਆਪਣੇ ਆਪ ਨੂੰ ਪਹਿਚਾਨੋ, ਈਸਾ ਦੀ ਮਾਂ ਆਈ, ਤੂੰ ਆਈ ਦੀ ਮਾਂ ਹੈ, ਕਿਆ ਬਾਤ ਹੈ, ਕਿਆ ਬਾਤ ਹੈ ਤੁਹਾਡੀ, ਤੁਹਾਨੂੰ ਗਾਜ਼ੀ ਰੰਗ ਲਾ ਰਿਹਾ, ਤੁਹਾਡੀਆਂ ਜ਼ਿੰਦਗੀਆਂ ਆਈ, ਉਹ ਈਸਾ ਦੀ ਮਾਂ ਆਈ, ਤੂੰ ਬੇਟਾ ਬੈਠ ਜਾ, ਅੱਲਾਹ ਯਾਤੀ ਕਰੀ ਮੇਰਾ ਪੁੱਤ, ਉਹ ਈਸਾ ਦੀ ਮਾਂ ਆਈ, ਤੂੰ ਅਲੀ ਦੀ ਮਾਂ, ਅਲੀ ਦੀ। ਬੀਬੀ ਆਦੀ ਮੈਂ ਟੁਰ ਪਈ ਹਾਂ, ਮੈਂ ਕਾਬਾ ਦੀ ਦੀਵਾਰ ਕੋਲ ਆ ਗਏ। ਹੁਣ ਸਮਝਦਾਰ ਇਲਾਕੇ ਦੇ ਬੰਦੇ ਬੈਠੇ ਹੋ, ਬੀਬੀ ਦਰਵਾਜ਼ੇ ਦੀ ਨੂੰ ਆਉਣਾ ਚਾਹੇ ਆ ਨਾ ਹੀ ਸਕਦੀ, ਹਯਾਤੀ ਹੋ ਵੀ ਸ਼ਾਲ ਨਜ਼ਰ ਨਾ ਲੱਗੀ, ਬੀਬੀ ਆ ਸਕਦੀ ਹੈ ਨਾ, ਕਿਉਂ ਜੋ ਕਾਬੇ ਦੇ ਚਾਬੀ ਬਰਦਾਰ ਸਰਕਾਰ ਹਜ਼ਰਤ ਇਮਰਾਨ ਜਨਾਬੇ ਅਬੂ ਤਾਲਿਬ ਨੇ, ਇਹ ਗੱਲਾਂ ਸੁਣੀਆਂ ਕਰੋ, ਤੁਹਾਡੀ ਹਯਾਤੀ ਹੋਵੇ, ਬੀਬੀ ਆ ਸਕਦੀ ਆਈ। ਇਮਰਾਨ ਕੁੱਲ ਇਮਾਨ ਦਾ ਬਾਬਾ ਹੈ, ਮੋਹਸਨ ਰਿਸਾਲਤ ਹੈ, ਜਨਾਬ ਇਮਰਾਨ ਨੂੰ ਪਤਾ ਨਹੀਂ ਕਿ ਅੱਲਾਹ ਦਾ ਹੁਕਮ ਮਿਲਿਆ, ਮੇਰੇ ਬੱਚੇ ਦੀ ਆਮਦ ਆਉਣ ਵਾਲੀ ਹੈ, ਮੇਰੀ ਬੀਵੀ ਜਾ ਰਹੀ ਹੈ ਬੈਤੁੱਲਾ 'ਚ, ਜਨਾਬ ਇਮਰਾਨ ਨਾਲ ਵੰਜੇ ਨਾ ਦਰਵਾਜ਼ਾ ਖੋਲ ਕੇ ਦੇ ਦੇਵੇ ਨਾ, ਜਾਂ ਬੀਬੀ ਇਮਰਾਨ ਤੂੰ ਚਾਬੀ ਮੰਗ ਲਵੇ ਆ। ਸਮਝਦਾਰ ਬੰਦੇ ਬੈਠੇ ਹੋ, ਮੇਰੇ ਦਾਦੇ ਹਸਨ ਸ਼ਾਹ ਹੋਰੀ ਫਰਮਾਉਂਦੇ ਹਨ, ਹਮੇਸ਼ਾ ਦੀਵਾਰਾਂ 'ਚ ਡਰ ਲੱਗਦੇ ਨੇ, ਦਰਾਂ 'ਚ ਡਰ ਲੱਗੇ ਕਦੇ ਨਹੀਂ,
ਬਾਈ ਕਿਆ ਬਾਤ ਹੈ ਤੁਹਾਡੀ ਬਹੁ ਜੀ ਤੁਹਾਡੀਆਂ ਜ਼ਿੰਦਗੀਆਂ ਬਾਈ ਯਾ ਇਲੀ ਲਾਜ਼ਮ ਹੈ ਨਿਆਦਾ ਰੋਵਿਆ ਬੀਬੀ ਅਦੀ ਮੈਂ ਕਾਬਾ ਦੀ ਦੀਵਾਰ ਕੋਲ ਆਈਆਂ ਮੀਆਂ ਗੁਲਾਮ ਬਾਸ ਇੱਥੇ ਹੁਣ ਜ਼ਾਕਿਰ ਬੋਲੀ ਆਦਿਨ ਜਿਹੜੇ ਬੀਬੀ ਖੱਲੀ ਰਹੀ ਖੱਲੀ ਰਹੀ ਖੱਲੀ ਰਹੀ ਲਾਜ਼ਮ ਤੋਂ ਬਾਅਦ ਆਖੋ ਅੱਲਾਹ ਮੇਰੇ ਆਉਣ ਵਾਲੇ ਮੌਲੂਦ ਦਾ ਵਾਸਤੇ ਮੇਰੀ ਮੁਸ਼ਕਿਲ ਆਸਾਨ ਫਰਮਾ ਮੇਰਾ ਇਸ ਚੀਜ਼ ਨਾਲ ਇਤਫਾਕ ਹੈ ਹੀ ਨਹੀਂ ਬੜੇ ਸਮਝਦਾਰ ਬੰਦੇ ਬੈਠੇ ਮੈਨੂੰ ਇੰਨਾ ਬਿਰਾਵਾਂ ਹੁਕਮ ਦਿੱਤਾ ਤੂੰ ਮਜਲਿਸ ਪੜ੍ਹਨੀ ਹੈ ਮੈਂ ਆਇਆ ਮੇਰੀ ਇੰਤਜ਼ਾਰ ਹੈ ਚੰਦ ਇਹਨਾਂ ਮੈਨੂੰ ਖਾਣਾ ਖਵਾਇਆ ਇਹਨਾਂ ਆਖਿਆ ਫਲਾਣੇ ਪੜ੍ਹਨਾ ਉਹਦੇ ਬਾਅਦ ਤੂੰ ਪੜ੍ਹਨਾ ਅੱਗੇ ਮੈਂ ਆਇਆ ਤੁਸੀਂ ਮੇਰੇ ਇੰਤਜ਼ਾਰ ਵਿੱਚ ਆਏ ਹੈ ਬੜੇ ਸਮਝਦਾਰ ਬੰਦੇ ਬੈਠੇ ਹੋ ਜਿਸ ਨੂੰ ਦਾਵਾ ਦੀ ਵੀ ਵੇ ਜਿਸ ਨੂੰ ਘਰੋਂ ਸਦੀ ਵੇ ਉਹਦੀ ਇੰਤਜ਼ਾਰ ਕਰਨੀ ਪਾਉਂਦੀ ਹੈ ਆਏ ਬਈ ਕਿਆ ਬਾਤ ਹੈ ਬੀਬੀ ਆਦੀ ਮੈਂ ਕਾਬਾ ਦੀ ਦੀਵਾਰ ਕੋਲ ਆਈਆਂ ਫੌਰਨ ਦੀਵਾਰ ਸ਼ੱਕ ਹੋਈ ਹੈ ਮੈਨੂੰ ਮਹਿਸੂਸ ਹੋਇਆ ਇੰਤਜ਼ਾਮ ਪਹਿਲੇ ਹੋਏ ਹੋਇਆ ਬੁਲਿਆ ਹੈ ਤੁਹਾਡੀ ਹਯਾਤੀ ਹੋਵੇ ਉਹ ਜ਼ਬਾਨ ਨਹੀਂ ਚੰਗੀਆਂ ਜਿਹੜੀਆਂ ਛੜਕਾਂ ਤੇ ਲਪਰ ਲਪਰ ਕਰਨ ਉਹ ਜ਼ਬਾਨ ਚੰਗੀ ਹੈ ਜਿਹੜੀ ਅਲੀ ਦੇ ਜ਼ਿਕਰ ਚ ਬੋਲੇ ਹੈਦਰੀ ਤੁਹਾਡੀਆਂ ਹਯਾਤੀ ਹੋਣ ਤੁਹਾਨੂੰ ਗਾਜ਼ੀ ਰੰਗ ਲਾਵੇ ਜਿਹੜੇ ਅਗਲੇ ਪੜ੍ਹਦੇ ਰਹਿਣ ਨਾ ਸਾਰੇ ਮੇਰੇ ਬਚੜੇ ਆਏ ਤੁਹਾਡੀ ਹਯਾਤੀ ਹੋਏ ਅਲੀ ਰਜ਼ਾ ਸਮਾਇਤ ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ ਬੀਬੀ ਆਦੀ ਫੌਰਨ ਦੀਵਾਰ ਸ਼ੱਕ ਹੋਈ ਹੈ ਮੈਨੂੰ ਪਤਾ ਲੱਗਾ ਕਿ ਪਹਿਲੇ ਇੰਤਜ਼ਾਮ ਹੋਏ ਹੋਏ ਬੀਬੀ ਆਦੀ ਮੈਂ ਕਾਬੇ ਦੇ ਅੰਦਰ ਆ ਗਈ ਹਾਂ ਮੈਂ ਜੌਫੇ ਕਾਬਾ ਚ ਆ ਕੇ ਬਹਿ ਗਈ ਹਾਂ ਜੌਫੇ ਕਾਬਾ ਚ ਬੀਬੀ ਆਦੀ ਸ਼ਾਮ ਹੋ ਗਈ ਸ਼ਾਮ ਸਫ਼ਰ ਕੀਤਾ ਰਾਤ ਹੋ ਗਈ ਹੈ ਰਾਤ ਅੱਧ ਰਾਤ 'ਤੇ ਚਲੀ ਗਈ ਹੈ ਬੀਬੀ ਆਦੀ ਬੱਚੇ ਦੀ ਆਮਦ ਨਹੀਂ ਹੋਈ ਬੀਬੀ ਆਦੀ ਸੁਬਹ ਦਾ ਟਾਈਮ ਹੋ ਗਿਆ ਸੁਬਹ ਦਾ ਤੁਹਾਡੀ ਹਯਾਤੀ ਹੋ ਜਿਹੜੇ ਉਹ ਡੇਰ ਬੈਠੇ ਹੋ ਸੁਬਹ ਦਾ ਟਾਈਮ ਹੋ ਗਿਆ ਮੈਂ ਤਾਂ ਗਾਂ ਲਗਾ ਸਾਂ ਸੁਬਹ ਦਾ ਟਾਈਮ ਹੋ ਗਿਆ ਹੈ ਬੀਬੀ ਆਦੀ ਮੈਂ ਪਰੇਸ਼ਾਨ ਹਾਂ ਮੈਨੂੰ ਖੁਦ ਰਹਿਮਾਨ ਘਰੋਂ ਸਦਿਆ ਹੈ ਹਾਏ ਅੱਲਾਹ ਨੇ ਸਦਿਆ ਹੈ ਕਿ ਤੇਰੇ ਮੌਲੂਦ ਦੀ ਆਮਦ ਆਉਣ ਵਾਲੀ ਹੁਣ ਤਾਂ ਮੌਲੂਦ ਦੀ ਆਮਦ ਨਹੀਂ ਮੈਨੂੰ ਤਾਂ ਪਤਾ ਹੀ ਨਾ ਆਈ ਹਾਏ ਬੀਬੀ ਆਦੀ ਮੈਂ ਸੋਚਿਆ ਪਈ ਹਾਂ ਫੌਰਨ ਮੇਰੇ ਉੱਤੇ ਨੀਂਦ ਤਾਰੀ ਹੋਈ ਹਨੂਦਗੀ ਤਾਰੀ ਹੋਈ ਮੇਰੀਆਂ ਅੱਖਾਂ ਬੰਦ ਹੋ ਗਈਆਂ ਮੈਂ ਯਕਦਮ ਅੱਖਾਂ ਖੋਲੀਆਂ ਮੈਂ ਡਿੱਠਾ ਮੇਰੇ ਸਾਹਮਣੇ ਛੋਟਾ ਜਿਹਾ ਬੱਚਾ ਹੈ ਹਾਏ ਸਮਝਦਾਰ ਬੰਦੇ ਜਿਹੜੇ ਬੈਠੇ ਹੋ ਹੈ ਦਾਰੀ ਬੀਬੀ ਆਦੀ ਮੈਂ ਬੱਚੇ ਨੂੰ ਚਾਇਆ ਝੋਲੀ 'ਚ ਪਾਇਆ ਬਸ ਬੱਚੇ ਨੂੰ ਮੈਂ ਬੁਲਾ ਬੁਲਾ ਰਹੀ ਨਾ ਬੱਚਾ ਬੋਲਿਆ ਨਾ ਅੱਖ ਖੋਲੀ ਨਾ ਕਾਸ਼ਾ ਖਾਧੀ ਨਾ ਪੀਤੀ ਪੂਰੇ ਤਰਾਏ ਦੇ ਗੁਜ਼ਰ ਗਏ ਬੜਜਾਂ ਦੇ ਹੈ ਤੀਸਰੇ ਦਿਨ ਖਤਮੀ ਮਰਤਬਤ ਵਮਾ ਯੰਤਿਕ ਦੇ ਮਿਸਤਾਕ ਸਰਵਰ ਆਲਮ ਅਹਿਮਦ ਮੁਖਤਾਰ ਵਜਹ ਤਖਲੀਕ ਕਾਇਨਾਤ ਹੁਣ ਸਾਰੇ ਤੇ ਕੱਦਾਂ ਲੈ ਨਾ ਵੀ ਸਮਝਦਾਰ ਹੀ ਤਾਂ ਨਾ ਸਰਕਾਰ ਮੁਹੰਮਦ ਪਾਕ ਤਸ਼ਰੀਫ ਲਾਇਆ ਚਾਚੀ ਮੁਬਾਰਕ ਸੈਂਟ ਫਰਮ ਲਾਲ ਤੈਨੂੰ ਮੁਬਾਰਕ ਜਿਸ ਤਾਂ ਮੁੰਤਜ਼ਰ ਹਾਂ ਉਹ ਆ ਗਏ ਮੈਂ ਤਾਂ ਬੜੀ ਪਰੇਸ਼ਾਨ ਹਾਂ ਚਾਚੀ ਹੋ ਕਿਉਂ ਪਤਾ ਨਹੀਂ ਬੱਚਾ ਬੱਚਦਾ ਹੀ ਹੈ ਜਾਂ ਨਹੀਂ ਚਾਚੀ ਵਜਾ ਅੱਜ ਤੀਸਰਾ ਦਿਨ ਇਸ ਦੁਨੀਆ 'ਤੇ ਆਇਆ ਨਾ ਕਾਸ਼ਾ ਖਾਧੀ ਨਾ ਪੀਤੀ ਨਾ ਅੱਖ ਖੋਲੀ ਬੱਚਿਆਂ ਦੀ ਆਦਤ ਹੁੰਦੀ ਹੈ ਰੋਣਾ ਬੇਟਾ ਨਾ ਰੋਣਾ ਐਲੀ ਤਿੰਨ ਦਿਨ ਗੁਜ਼ਰ ਗਏ ਹਾਏ ਮੁਹੰਮਦ ਪਾਕ ਮੁਸਕਰਾ ਕੇ ਫਰਮਾਉਂਦੇ ਨੇ ਚਾਚੀ ਤੁਹਾਨੂੰ ਨਹੀਂ ਪਤਾ ਵੀ ਕਿਸੇ ਦਾ ਮੁੰਤਜ਼ਰ ਹਾਏ ਕਿੱਥੋਂ ਲਾਇਆ ਵਾ ਸਮਝਦਾਰ ਹੁੰਦੇ ਇਹ ਵੀ ਕਿਸੇ ਦਾ ਮੁੰਤਜ਼ਰ ਕਿਸੇ ਦੀ ਇੰਤਜ਼ਾਰ ਵਿੱਚ ਬਿਰਾ ਦਾ ਆਵਾਜ਼ ਬਿਰਾ ਦੇ ਕੰਨਾਂ 'ਤੇ ਪਿਆ ਇਮਾਮਤ ਲਪਕ ਕੇ ਨਬੂਵਤ ਦੇ ਹੱਥਾਂ 'ਤੇ ਆਈ ਵਿਲਾਇਤ ਨੇ ਹੱਥ ਖੋਲੀ ਚਿਹਰਾ ਰਿਸਾਲਤ 'ਤੇ ਨਜ਼ਰ ਪਈ ਵੀ ਬਸ ਮੂੰਹ 'ਚੋਂ ਨਿਕਲਿਆ ਅਸ਼ਹਦੁ ਅੰਨਾ ਮੁਹੰਮਦ ਰਸੂਲੁਲਾਹ ਮੈਂ ਗਵਾਹ ਬਾਈ ਕਿਆ ਬਾਤ ਹੈ ਤੁਹਾਡੀ ਤੁਸੀਂ ਜੰਨਤ ਬਣਾ ਦਿੱਤੀ ਹੈ ਮੈਂ ਗਵਾਹੀ ਦੇਣਾ ਤੂੰ ਅੱਲਾਹ ਦਾ ਰਸੂਲ ਹੈ ਜਿਸ ਵੇਲੇ ਮੁਹੰਮਦ ਦੀ ਰਿਸਾਲਤ ਦੀ ਗਵਾਹੀ ਦਿੱਤੀ ਹੈ ਨਾ ਅਲੀ ਮੁਹੰਮਦ ਫਰਮਾਉਂਦੇ ਹੈ ਤੂੰ ਮੇਰੀ ਰਿਸਾਲਤ ਦਾ ਗਵਾਹ ਬਣ ਕੇ ਆਏ ਤਿੰਨਾਂ ਦਿਨਾਂ ਦਾ ਹੋ ਕੇ ਤੂੰ ਮੇਰੀ ਨਬੂਵਤ ਦੀ ਗਵਾਹੀ ਦਿੱਤੀ ਹੈ ਅਗਰ ਤੂੰ ਮੇਰੀ ਨਬੂਵਤ ਦੀ ਗਵਾਹੀ ਦਿੱਤੀ ਹੈ ਮੈਂ ਬੈਤੁੱਲਾ 'ਚ ਖਲੋ ਕੇ ਤੈਨੂੰ ਹੱਥਾਂ 'ਤੇ ਚਾਹ ਕੇ ਮੈਂ ਤੇਰੀ ਵਿਲਾਜਤ ਦੀ ਗਵਾਹੀ ਦੇਣਾ ਅਸ਼ਹਦੁ ਅੰਨਾ ਅਲੀਯੁਨ ਵਲੀਯੁਲਲਾਹ ਬਾਈ ਕਿਆ ਬਾਤ ਹੈ ਤੁਹਾਡੀ ਤੁਹਾਨੂੰ ਗਾਜ਼ੀ ਰੰਗ ਲਾਵੇ ਪਤਾ ਨਹੀਂ ਮੌਲੀ ਦੇ ਢਿੱਡ 'ਚ ਪੀੜ ਕਿਉਂ ਆਉਂਦੀ ਹੈ ਬਿਰਾਵਾਂ ਤਾਰਫ ਕਰਾਇਆ ਹੋ ਸਕੇ ਤੂੰ ਅੱਲਾਹ ਦਾ ਵਲੀ ਹੈ ਹੋ ਸਕੇ ਤੂੰ ਅੱਲਾਹ ਦਾ ਨਬੀ ਹੈ ਗੱਲ ਤਾਂ ਮੁੱਕ ਗਈ
ਉਹ ਡੇਢ ਚ ਵਲੇਟ ਪੈ ਫੰਦੇ ਬੜੇ ਸਮਝਦਾਰ ਬੰਦੇ ਬੈਠੇ ਹੋ। ਸੁਬਹਾਨ ਅੱਲਾ, ਸਰਵਰ ਆਲਮ ਫਰਮਾਇਆ ਅਲੀ ਤੀਸਰੇ ਦਿਨ ਨਹੀਂ ਆਇਆ। ਮਾਂ ਨੂੰ ਬੜਾ ਪਰੇਸ਼ਾਨ ਕੀਤੇ, ਨਾ ਕਾਸ਼ਾ ਖਾਧੀ ਨਾ ਪੀਤੀ ਨਾ ਖੋਲੀ, ਵਿਚਾਰੀ ਕਾਬੇ ਚ ਅਕੇਲੀ ਆਈ। ਮਾਂ ਨੂੰ ਪਰੇਸ਼ਾਨ ਕੀਤੇ ਕਿ ਉਹਨੇ ਮੌਲਾ ਅੱਖ ਤਾਂ ਨਹੀਂ ਖੋਲੀ, ਸਾਹਮਣੇ ਦੁਸ਼ਮਣ ਆਇਆ। ਬਹੁਤ ਬੂਟੇ ਵਾਲੇ ਹੋ, ਅੱਗਾਂ ਵਜੋ, ਇਹਨਾਂ ਨੂੰ ਉਠਾ ਪਿੱਛੋਂ। ਆਹ ਖੰਬਚੜੇ ਤੁਹਾਡੀ ਹੈ ਆਤੀ, ਅੱਲਾ ਰੰਗ ਲੈਣੇ, ਤੁਹਾਨੂੰ ਗਾਜ਼ੀ ਰੰਗ ਲਾਵੇ, ਥੋੜੇ ਥੋੜੇ ਹੋਰ ਅੱਗੇ ਰਿਹਾ ਵਜੋ। ਹਨੇਰੇ ਤੇ ਚੋਰ ਬਣਦੇ ਹੋ ਤੁਸੀਂ, ਤੇ ਚੰਗੇ ਭਲੇ ਬੰਦੇ ਹੋ, ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ। ਬੜੇ ਸਮਝਦਾਰ ਬੰਦੇ ਬੈਠੇ ਹੋ, ਆਖਿਰ ਮੌਲਾ ਅੱਖ ਤਾਂ ਨਹੀਂ ਖੋਲੀ, ਸਾਹਮਣੇ ਦੁਸ਼ਮਣ ਆਏ। ਬੋਲੇ ਤਾਂ ਨਾ ਜ਼ਿਹਨੇ ਚ, ਸਭ ਤੋਂ ਪਹਿਲੇ ਨਬੂਵਤ ਦੇ ਨਾਲ ਹਮ ਕਲਾਮ ਆਏ। ਮੌਲਾ ਖਾਧੀ ਪੀਤੀ ਤਾਂ ਕਾਇਸ਼ਾ ਨਹੀਂ, ਮਹਿਮਾਨ ਦੇ ਰਹਾ ਹਾਂ, ਖਾਵਾਂ ਆਪਣੇ ਘਰੋਂ ਆਏ, ਤੇ ਮੌਲਾ ਰੋਵਣ ਦੀ ਆਦਤ ਮੈਨੂੰ ਕਾਹੀ ਨਹੀਂ। ਭਾਈ ਕਿਆ ਬਾਤ ਹੈ, ਤੁਸੀਂ ਜੰਨਤ ਬਣਾ ਦਿੱਤੀ ਹੈ, ਰਾਜ਼ੀ ਹਾਂ। ਹੋਰ ਇੱਕ ਦਾ ਇੱਕ ਸ਼ੇਰ ਕਸੀਦੇ ਦਾ, ਭੜਵੇ ਨਾ ਜੇ ਪੜੀ ਜਾਂਦਾ, ਉਹ ਪੋਤਰ ਚੁੱਪ ਕਰ ਬਾਓ ਬਚੜੇ, ਦੁਆ ਕਰੋ ਸ਼ਾਲਾ ਪੜੀ ਜਾਵੇ, ਸੋਜੀ ਇੱਕੋ ਨਾਲ ਹੈ। ਤਾਂ ਐ ਸੈਯਦ ਮਲੰਗ ਜੇ ਐਸਾ ਆਖਿਆ, ਨਹੀਂ ਪੜ ਪੜਦਾ ਹਾਂ, ਹੈ ਤੇਰੀਆਂ ਹਯਾਤੀਆਂ ਅੱਲਾ ਰੰਗ। ਸਾਰੇ ਨਾਰਾ ਮਾਰੋ ਹੈਦਰੀ, ਹੁਣ ਦਰੂਦ ਭੇਜੋ ਆਲੇ ਮੁਹੰਮਦ ਜ਼ਾ। ਰਜਬ ਜੀ ਤੇਰਾ ਦਾ ਜਸ਼ਨ ਮਨਾਇਆ ਏ, ਤੇ ਮੇਰਾ ਮੌਲਾ ਕਾਬੇ ਵਿੱਚ ਆਇਆ ਏ। ਰਜਬ ਜੀ ਤੇਰਾ ਦਾ ਜਸ਼ਨ ਮਨਾਇਆ ਏ, ਤੇ ਮੇਰਾ ਮੌਲਾ ਕਾਬੇ ਵਿੱਚ ਆਇਆ ਏ। ਰਜਬ ਜੀ ਤੇਰਾ ਦਾ ਜਸ਼ਨ ਮਨਾਇਆ ਏ, ਤੇ ਮੇਰਾ ਮੌਲਾ ਕਾਬੇ ਵਿੱਚ ਆਇਆ ਏ। ਰਜਬ ਦੇ ਤੇਰਾ ਦਾ ਜਸ਼ਨ ਮਨਾਇਆ ਏ, ਕਿਆ ਬਾਤ ਹੈ ਤੁਹਾਡੀ, ਮੇਰਾ ਮੌਲਾ ਕਾਬੇ ਵਿੱਚ ਆਇਆ ਏ। ਰਜਬ ਦੇ ਤੇਰਾ ਦਾ ਜਸ਼ਨ ਮਨਾਇਆ ਏ, ਮੇਰਾ ਮੌਲਾ ਕਾਬੇ ਵਿੱਚ ਆਇਆ ਏ। ਰਜਬ ਦੇ ਤੇਰਾ ਦਾ ਜਸ਼ਨ ਮਨਾਇਆ ਏ, ਮੇਰਾ ਮੌਲਾ ਕਾਬੇ ਵਿੱਚ ਆਇਆ ਏ। ਰਜਬ ਦੇ ਤੇਰਾ ਦਾ ਜਸ਼ਨ ਮਨਾਇਆ ਏ, ਤੇ ਮੇਰਾ ਮੌਲਾ ਕਾਬੇ ਵਿੱਚ ਆਇਆ ਏ। ਰਜਬ ਦੇ ਤੇਰਾ ਦਾ ਜਸ਼ਨ ਮਨਾਇਆ ਏ, ਆਇਆ ਹੈ। ਰਜਬ ਦੀ ਤੇਰਾ ਦਾ ਜਸ਼ਨ ਮਨਾਇਆ ਏ, ਤੇ ਮੇਰਾ ਮੌਲਾ ਕਾਬੇ ਵਿੱਚ ਆਇਆ ਏ। ਰਜਬ ਦੀ ਤੇਰਾ ਦਾ ਜਸ਼ਨ ਮਨਾਇਆ ਏ, ਤੇ ਮੇਰਾ ਮੌਲਾ ਕਾਬੇ ਵਿੱਚ ਆਇਆ ਏ। ਰਜਬ ਦੀ ਤੇਰਾ ਦਾ ਜਸ਼ਨ ਮਨਾਇਆ ਏ, ਤੇ ਮੇਰਾ ਮੌਲਾ ਕਾਬੇ ਵਿੱਚ ਆਇਆ ਏ। ਅੱਜ ਪਤਾ ਲੱਗਾ ਅੱਲਾ ਕਾਬਾ ਕਿਉਂ ਬਣਾਇਆ ਏ, ਤੇ ਮੇਰਾ ਮੌਲਾ ਕਾਬੇ ਵਿੱਚ ਆਇਆ ਏ। ਅੱਜ ਪਤਾ ਲੱਗਾ ਅੱਲਾ ਕਾਬਾ ਕਿਉਂ ਬਣਾਇਆ ਏ, ਤੇ ਮੇਰਾ ਮੌਲਾ ਕਾਬੇ ਵਿੱਚ ਆਇਆ ਏ। ਬੜਾ ਸ਼ੇਰ, ਤੁਮੇ ਪੁੱਤਰ ਨਾਰਾ ਨਹੀਂ ਮਾਰਿਆ ਹੈਦਰੀ। ਯਾ ਅਲੀ, ਮਾਂ ਪਿਓ ਨੂੰ ਨਸੀਬ ਹੋਵੋ। ਅੱਛਾ, ਤੇਰੀ ਹਯਾਤੀ ਹੁਣ ਵੱਧਦੀ ਨਹੀਂ, ਮੌਲਾ ਤੈਨੂੰ ਰੰਗ ਲਾਵੇ, ਇਮਾਮ ਹੁਸੈਨ ਤੁਹਾਡੀਆਂ ਹਯਾਤੀਆਂ ਕਰੇ। ਬਿਰਾ ਨੂੰ ਬਿਰਾ ਚਾਇਆ, ਨਬੂਵਤ ਨੇ ਇਮਾਮਤ ਨੂੰ ਚਾਇਆ, ਰਿਸਾਲਤ ਨੇ ਵਿਲਾਇਤ ਨੂੰ ਚਾਇਆ। ਹਾਂ, ਤੁਹਾਡੀ ਹਯਾਤੀ ਹੋਵੇ, ਮੁਸਕਰਾਉਂਦੇ ਬੈਠੇ ਨਾ, ਦਿਨ ਮੇਰਾ ਜਾਨ ਨਿਸਾਰ ਆ ਗਿਆ, ਮੇਰਾ ਮਦਦਗਾਰ ਆ ਗਿਆ, ਮੇਰਾ ਗਮ ਖਾਰ ਆ ਗਿਆ, ਕਹਿ ਕਹਿ ਲੈ ਮੁਸਕਰਾ ਗਿਆ, ਦਿਨ ਮੇਰੀ ਦਸਤਾਰ ਦਾ ਵਾਰਿਸ ਆ ਗਿਆ। ਬਈ ਕਿਆ ਬਾਤ ਹੈ ਤੁਹਾਡੀ, ਯਾ ਅਲੀ, ਬਿਰਾ ਦਾ ਚਿਹਰਾ ਵੇਦੇ ਬੈਠੇ ਨੇ, ਹੈ ਚਿਹਰਾ ਵਜਹੁੱਲਾ,
ਅੱਖੀਆਂ ਐਨ ਉੱਲਾ ਤੇਰੀ ਹਯਾਤੀ ਰੁਮਾਲ ਵਾਲਾ ਬਛੜਾ ਮੁਸਕਰਾਉਂਦੇ ਬੈਠੇ ਨੇ ਮੁਹੰਮਦ ਤੁਹਾਡਾ ਨਬੀ ਖੁਸ਼ ਹੈ ਖੁਸ਼ ਹੋ ਕੇ ਗਿਆ ਦਿਨਾ ਦਿਨ ਕਿਹੜਾ ਸੋਹਣਾ ਲੱਗਾ ਹੈ ਚੱਲ ਇਮਰਾਨ ਦਾ ਵਜ ਹੁਲਤਾ ਚਰਾਹੇ ਰਹਿਮਾਨ ਦਾ ਕਿਹੜਾ ਸੋਹਣਾ ਲੱਗਾ ਹੈ ਚੱਲ ਇਮਰਾਨ ਦਾ ਵਜ ਹੁਲਤਾ ਚਰਾਹੇ ਰਹਿਮਾਨ ਓਏ ਤੇਰਾ ਮੇਰਾ ਨੂਰ ਅੱਲਾਹ ਇੱਕੋ ਚ ਬਣਾਇਆ ਹੈ ਤੇ ਮੇਰਾ ਮੌਲਾ ਕਾਬੇ ਵਿੱਚ ਆਇਆ ਹੈ ਤੇਰਾ ਮੇਰਾ ਨੂਰ ਅੱਲਾ ਇੱਕੋ ਚ ਬਣਾਇਆ ਹੈ ਤੇ ਮੇਰਾ ਮੌਲਾ ਕਾਬੇ ਵਿੱਚ ਆਇਆ ਹੈ ਤੁਹਾਡੀ ਹਯਾਤੀ ਹੋਵੇ ਬਾਈ ਜੀ ਉੱਪਰ ਹੋ ਰਾਜ਼ੀ ਰਹੇ ਜਿਹੜੇ ਰੋਣ ਆਇਓ ਕਿ ਅਜੂ ਜਜ ਦਿਨ ਨੇ ਸੱਜਾਦ ਯਤੀਮ ਹੋਇਆ ਹਾਏ ਕਰ ਛੁੜਿਆ ਬੇਟਾ ਖੇਡਣਾ ਨਹੀਂ ਰੋਣਾ ਪਰਦੇ ਤਾਬੂਤ ਆਉਣਾ ਮੋਸਨੇ ਤੌਹੀਦ ਸਹੀ ਆਜ਼ਾਦੀ ਦਾ ਮੁਹਾਫਜ਼ਾ ਇਮਾਮਤ ਸਹੀ ਆਜ਼ਾਦੀ ਦਾ ਬਈ ਬੜੇ ਦਰਦ ਵਾਲੇ ਬੰਦੇ ਆਏ ਬੈਠੇ ਹੋ ਨਿਆਜ਼ ਹੁਸੈਨ ਜਿਹੜੇ ਪਿੱਛੇ ਬੈਠੇ ਹੋ ਇੱਕ ਇੱਕਦਮ ਅੱਗਾ ਆ ਜਾਓ ਇੱਕ ਇੱਕਦਮ ਆਖਰੀ ਮੁਕਾਨ ਹੈ ਅੱਜ ਦੀ ਮਜਲਸ ਦੀ ਦੁਆ ਸੋ ਆ ਗਏ ਤੁਹਾਡੇ ਉੱਤੇ ਜੰਨਤ ਵਾਜਿਬ ਹੋਵੇ ਸੀ ਜਿੰਨਾ ਝੋਲੀਆਂ 'ਚ ਪੁੱਤਰ ਨੂੰ ਹੋਵੇ ਝੋਲੀਆਂ ਫੈਲਾ ਪਵੇ ਆ ਤੁਰਾਉਂਦਾ ਰਹੇ ਹੋ ਪਿਟਿਆਂਦਾ ਰਹੇ ਹੋ ਪਿੰਨਦਾ ਰਹੇ ਹੋ ਬੇ ਔਲਾਦਾਂ ਨੂੰ ਔਲਾਦ ਮਿਲ ਸੀ ਮਕਰੂਜ਼ਾਂ ਦੇ ਕਰਜ਼ ਖਤਮ ਹੋ ਸਨ ਬਿਮਾਰਾਂ ਨੂੰ ਸ਼ਫਾ ਮਿਲ ਸੀ ਪਿੰਨੀ ਉਸੇ ਆਜ਼ਾਦੀ ਕੋਲ ਜਿਹਨੂੰ ਪੂਰੇ ਅਰਬ ਵਿੱਚ ਕਬਰ ਦੀ ਜਾ ਨਹੀਂ ਲੱਦੀ ਕਿਆ ਬਾਤ ਹੈ ਯਾਰ ਬੜੇ ਦਰਦਾਂ ਵਾਲੇ ਬੰਦੇ ਆ ਬੈਠੇ ਹੋ ਤੁਹਾਡਾ ਜੋ ਨੌਕਰ ਆ ਹਯਾਤੀ ਹੋ ਵੀ ਇੱਕ ਵਾਰੀ ਸ਼ਾਮ ਦੇ ਅਮਨ ਨਿਭਾ ਕੇ ਵੱਲ ਆਈ ਅਲੀ ਦੀਦੀ ਸਾਰੇ ਹਾਏ ਕਰਿਆ ਹੈ ਆਖਰੀ ਮੁਕਾਨ ਹੈ ਤੁਸੀਂ ਨੇੜੇ ਵੱਜਣਾ ਹੈ ਜ਼ੈਨਬ ਸ਼ਾਮ ਵੱਜਣਾ ਹੈ ਵਾਹ ਬਈ ਵਾਹ ਰੱਖ ਛੰਜ ਆ ਗਈ ਹੈ ਦੂਈ ਵਾਰੀ ਵੱਧ ਤਿਆਰ ਹੋ ਪਈ ਸ਼ਾਮ ਅਲੀ ਦੀ ਅਲੀ ਧੀ ਸੱਜਾਦ ਨਾਲ ਬਾਕਰ ਨਾਲ ਫਿਜ਼ਾ ਨਾਲ ਹਯਾਤੀ ਉਹਨੇ ਆਈ ਨਾ ਨੇ ਮੁਹੰਮਦ ਦੀ ਜ਼ਰੀ ਤੇ ਨਾਨਾ ਨਾਨਾ ਉਹ ਮੇਰਾ ਨਬੀਆਂ ਦਾ ਸੁਲਤਾਨ ਨਾਨਾ ਮੇਰਾ ਆਖਰੀ ਸਲਾਮ ਨਾਨਾ ਮੈਂ ਦੂਈ ਵਾਰੀ ਸ਼ਾਮ ਪਈ ਵਹਿਨੀ ਆ ਅਬਰ ਜਾ ਲਿਓ ਅਸ਼ੀਆਂ ਸੁਣੀਓ ਸ਼ਾਮ ਦਾ ਨਾਮ ਆਇਆ ਰਸੂਲ ਦੀ ਜ਼ਰੀ ਹੱਲੇ ਲੱਗ ਗਈ ਹੈ ਜ਼ੈਨਬ ਵੱਧ ਸ਼ਾਮ ਰੋਕਿਆ ਦੀ ਨਾਨਾ ਸ਼ਾਮ ਮੇਰੀ ਸਕੀਨਾ ਰਹਿ ਗਈ ਹੈ ਵਾਹ ਬਾਈ ਵਾਹ ਤੁਸੀਂ ਤਾਂ ਜੋੜ ਆਇਓ ਤੁਹਾਡੀ ਜ਼ਿੰਦਗੀ ਦਾ ਰਾਜ਼ ਹੋ ਨੌਕਰਾਂ ਨਾਨਾ ਸ਼ਾਮ ਮੇਰੀ ਸਕੀਨਾ ਰਹਿ ਗਈ ਹੈ ਨਾਨਾ ਵਤਨ ਵਸਦਾ ਰਵੀ ਸ਼ਾਇਦ ਜੀਂਦੀ ਨਾ ਬੱਲਾ ਮੈਨੂੰ ਪਤਾ ਲੱਗ ਗਿਆ ਸਾਂ ਭੈਣ ਤੇ ਭਰਾ ਦੀ ਕਬਰ ਦੀ ਜਾ ਤੇਰੇ ਮਦੀਨੇ ਚ ਕਾਈ ਨਹੀਂ ਕਿਹੜੇ ਯਾਰ ਦਰਦਾਂ ਵਾਲੇ ਬੰਦੇ ਬੈਠੇ ਹੋ ਤੁਹਾਡੀਆਂ ਜ਼ਿੰਦਗੀਆਂ ਮੈਨੂੰ ਮੇਰੀ ਦੁਆ ਇਹਨੇ ਸਲੇ ਰਾਤ ਦੇ ਵਾਤਾ ਹੀ ਜੰਨਤ ਉਲ ਬਕੀਆ ਮਾਂ ਜ਼ਹਰਾ ਦੀ ਜ਼ਰੀ ਨੂੰ ਗੱਲ ਨਾਲ ਲਾਇਆ ਮਾਂ ਮੇਰੀ ਜ਼ਖਮੀ ਪਾਸੇ ਵਾਲੀ ਅੰਮਾ ਓਏ ਹਾਏ ਤਾਂ ਕਰੋ ਚਾਹ ਹਾਏ ਤੇ ਕੁਝ ਲੱਗਦਾ ਹੀ ਨਹੀਂ ਰੋ ਰੋ ਕੇ ਆਦੀ ਬੈਠੀ ਹੈ ਪਿਓ ਦੇ ਦਰਬਾਰ ਵਿੱਚ ਜੁਣਕੀ ਮਾਰਨ ਲਈ ਅੰਮਾ ਅੰਮਾ ਮੇਰਾ ਆਖਰੀ ਸਲਾਮ ਅੰਮਾ ਮੈਂ ਦੂਈ ਵਾਰੀ ਸ਼ਾਮ ਪਈ ਬਹਿਨੀ ਆ ਤੇਰੀ ਕਬਰ ਨਾ ਛੋੜਾ ਇਸ ਗੱਲੋਂ ਛੋੜਨ ਦੀ ਪਈ ਆ ਕਬਰ ਸੱਜਾ ਦੇ ਹੁਸੈਨ ਦੀ ਅਮਾਨਤ ਹਾਏ ਹਾਏ ਕਿਆ ਬਾਤ ਹੈ ਯਾਰ ਚੰਗੇ ਲੋਕ ਗਏ ਬੈਠੇ ਤੁਹਾਨੂੰ ਮੌਲਾ ਬੜੇ ਰੰਗ ਲਾਵੇ ਸੱਜਾਦ ਦੀ ਸ਼ਾਮ ਏ ਤਿਆਰੀ ਆਪ ਇਨਸਾਫ ਕਰ ਇਹ ਬਿਮਾਰ ਏ ਉਹ ਸ਼ਾਮ ਏ ਹਾਏ ਹਾਏ ਕਿਆ ਬਾਤ ਹੈ ਮੇਰਾ ਬੇਟਾ ਤੁਹਾਡੀਆਂ ਜ਼ਿੰਦਗੀਆਂ ਦਰਾਜ਼ ਹੋਵੇ ਫਤ ਹਸਨ ਦੀ ਜ਼ਰੀ ਤੇ ਆਈ ਬਿਰਾ ਦਾ ਸਲਾਮ ਕੀਤਾ ਚੁੱਪ ਕਰਕੇ ਟੁਰ ਪਈ ਅਲੀ ਦੀਦੀ ਬਜ਼ੁਰਗ ਜ਼ਾਕਿਰ ਭੱਟੀ ਸਾਹਿਬ
میاں غلام حسن میاں غلام عباس سنے ہوئے بلکہ انہوں نے انہوں کو مجلسہ ہی پڑھی ہیں انہوں نے گل یاد آ گئی ہے جنہیں وہ فرمیندے ہیں فضا دے ہاتھ چویا اٹھ دی مہار حیاتی ابھی ہائے کرن والا تھوڑے غریب دے غم میں چھائے کی تھی تائی نا اٹھ دی مہار ہویا علی دی دھی ہویا محمل دے وچ آویں نا نا ہم میں سفر جوانوں بڈھے ہو بچے ہوں تے فضا دے چہرے تے آویا پسینہ تے علی دی دھی دی پویا نظر حقل مار کے کہ اما فضا تینجو آکھائی وطن تے رہوان لمے سفر سہراواں دے پاند رو کیا کہ زینب تیری چادر دی قسم میں میرے سارے ڈٹھے ہوئے نا کیا بات ہے کیا بات ہے تواڈی حیاتی ہوے ہائے کرن والا شریف آزادار بیٹھے سفر طے کر دی او بیٹے خاموش سفر طے کر دی علی دی دھی پہنچی بھراواں دی جاگیر وچ سائیں اوری فرمیندے ہیں بابے اوری ڈٹھس بھراواں نو وسدا ہائے ہائے کیا بات ہے انہاں جواناں دی جڑے روندے بیٹھے حقل ماری سما فضا جی علی دی دھی ڈٹھے میرے بھراواں نو وسدا آدیا تیری عزت دی قسم اے کائنات تو سونے پہ وسدے ہائے آدیا سب تو پہلے ویسا عباس دی ذری تے جڑے غازی دے مرید آئے بیٹھے ہو تہاڈی حیاتی ہوئے سب تو پہلے ویسا عباس دی ذری تے اللہ جاندا استقلال دی خالق سی آزادی آئیے غازی دی ذری تے عباس دی ذری در ویکھیا دی عباس غازی وے کمرے بنی ہاشم وے ہاشمیاں دا چن عباس میرا سلام ہوئی عباس میں زینب ہاں میں دوئی واری شام پئی وینی ہاں جدا میں پہلی ویری وطن چھوڑے آئی میں تیرے سہارے تے چھوڑے آئی میں نے ملی چو لہن دا ہی تو آوے چڑھن دا ہی تو آوے عباس انہوں میں لہن دا والی آگیا ہے چڑھن دا والی آگیا ہے ٹرن دا والی کیا بات ہے یار ایڈے دردان لے بندے آئے بیٹھے ہو تواڈی حیاتی ہوئے غازی تھک پئیاں شاید ہن جیندی نہ ولا حال ہوئے اللہ میں تواڈا نوکر ہاں وفا دے خالق دی زری ہلے لگ گئی ہے زری دے وچ آواز آئی ہے بھین تے بھرا دی چپ کھا گئی ہے واہ 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 تواڈیاں جوانیاں سلامت رہن ہر بندہ ماتم کر رہا ہے چپ کھا گئی اللہ جاندا شریف آزادار بیٹھے ہو حقل ماری سما فضا مینوں سہارا دے ہن لائے وئی شہید اعظم دی زری تے فضا سہارا دیتا ہے علی دی اٹھی ہے اشریف آؤ مریم کربلا آئی حسین دی زری تے این کر کے آکھ لیے ہائے تا کرو چا تن رون نہیں آندا بہت بڑی عبادت ہے بے گناہ کٹھے دا رونا دور آکھ لی حقل ماری سوے حسین وے زہرا دا لال وے اکبر دا بابا وے زینب دا ویر وے جبرائیل دے پراں تے سمن دا آدی حسین وے مہر نبوت تے سوار ہون والا حسین میرا سلام ہوئی میں زینب ہاں میں دوئی واری شام پئی وینی ہاں میں تیرے سجاد نو کلا نہیں چھوڑیا مینوں پتہ ہی تیرا سجاد بیمار ہے او شام تے شام دے بازار حسین تھک پئیاں حسین شاید جیدی نہ والا تو سا بھراواں نو وسدا ڈٹھا ہے دل نو سکون ملیا ہے تسلی ملی ہے سجے پاسے اکبر سینے تے اصغر اگر کائی شاید نہیں ہو بچی تے میں اجڑی بھین دی واہ بڑھ جا لے تو انہوں مولا رنگ لاوے حسین میں تا ماں سدھانا لائی کوئی نہیں شبیر شاید جیندی نا بڑا پرانا جہ بند ہے سالم زندگی تسی کمبر صاحب تو سنے ہیں اور سالم زندگی کمبر صاحب اتنے پڑھے ہیں لیکن وہ جڑا بند لکھی ہوا ہے سائیں اور لکھی ہوا ہے والد صاحب دا بیٹھ کے تریٹ سن نے چنا لکھی آئی بڑا منظوری والا بند ہے انہیں بچیاں تے جوانوں میں روندا ڈٹھا ہے نا مینو بند یاد آ گیا حیاتی ہوئی روندی خلی آئی نا پھرا دی زری تے حیاتی ہوئے اللہ جان دے برا دی زری نو گل نہ لایا
ਮਿੱਟੀ ਤੇ ਬਾਂਦੀ ਬਾਂਦੀ ਬਹਿ ਗਈ ਏ, ਜ਼ਰੀ ਦੇ ਨਾਲ ਮੱਥਾ ਟੇਕਿਆ ਸਾਹ, ਰੋ ਰੋ ਗਿਆ ਦੀ ਬੈਠੀ ਏ ਮੈਡਾਈ ਓ ਸਫਾ। ਹਾ ਯਾਰ ਤਾਂ ਕਰਬਲਾ ਦਾ ਮੰਜ਼ਰ ਬਣ ਗਿਆ, ਉਹ ਅਖੀਰ ਦਾ ਹੈ ਨਹੀਂ ਵਤਨ ਤੇ ਕਬਾਰ ਨਸੀਬੇ, ਮੈਂ ਮਰਨਾ ਏ ਸ਼ਾਮ ਦਿਆ ਹਾਏ ਰਾਵਾਂ ਵਿੱਚ, ਉਹ ਤੈਨੂੰ ਪਿਓ ਦਾ ਸ਼ਾਇਰ ਕਰੀ ਨੌਕਰ ਮੇਰਾ ਬੇਟਾ ਨੌਕਰ, ਰੋ ਗਿਆ ਦੀ ਬੈਠੀ ਏ ਮੇਰੀ ਮੌਤ ਸੁਣੇ, ਪੜ ਫਾਤਿਆ ਛੋੜੇ ਮੈਂ ਦੇਹ ਨਹਾਲਾ ਅਜੀਬੇ, ਇਹ ਗੱਲ ਰੋਂਦੀ ਏ ਰੋ ਗਿਆ ਦੀ ਬੈਠੀ ਏ ਤੈਨੂੰ ਰਾਹੀਆ, ਇਤਲਾ ਦੇ ਸਨੇ ਉਹ ਮਰ ਗਈ ਆਈ ਭੈਣ ਗਰੀਬੇ, ਨੌਕਰਾਂ ਤੈਨੂੰ ਰਾਹੀਆ ਤੈਨੂੰ ਰਾਹੀਆ, ਤੁਹਾਡੀਆਂ ਜਵਾਨੀਆਂ ਸਲਾਮਤ ਰਹਿਣ। ਆ ਮੇਰੇ ਮੌਲਾ ਇਹਨਾਂ ਬੱਚਿਆਂ ਨੂੰ ਕੁੰਡਲਾਂ ਦਾ ਵੇਖ ਕੇ ਸਲੇ ਰਾਤ ਦੇ, ਯਾਰ ਇਹ ਤਾਂ ਬੜੀ ਮਨਜ਼ੂਰੀ ਵਾਲੀ ਮਹਿਲਾ, ਮੇਰਾ ਦਿਲ ਮੰਨਦਾ ਕੋਈ ਪਾਕ ਰੂਹ ਮਜਲਿਸ ਦੇ ਅੰਦਰ ਮੌਜੂਦ ਹੈ। ਹਾਏ ਹਾਏ ਤੁਰ ਪਈ ਅਲੀ ਦੀ ਧੀ ਪਹੁੰਚੀ ਹੈ ਸ਼ਾਮ ਦੇ ਬਾਹਰ, ਹਾਏ ਕਰਿਆ ਇੱਕ ਬਾਗ ਚ ਆਈਏ ਅਲੀ ਦੀ ਧੀ, ਗੱਲ ਮਾਰ ਗਿਆ ਦੀ ਅੰਮਾ ਫਿਜ਼ਾ ਉਰੇ ਆ, ਇੱਥੇ ਇੱਕ ਤਗਰ ਦਾ ਦਰਖਤ ਆਇਆ ਜਿਸ ਦੇ ਨਾਲ ਮੇਰੇ ਭਰਾ ਹੁਸੈਨ ਦੇ ਸਾਰਾ ਲਿਸਾਨ ਖੜੀ ਕੀਤੀਆਂ ਨੇ, ਪਤਾ ਕਰ ਉਹ ਦਰਖਤ ਮੌਜੂਦ ਹੈ ਢਹਿ ਗਿਆ, ਜਿਹੜੇ ਜਵਾਨ ਹੈ ਬੈਠੇ ਹੋ ਡਰਦਾ ਪਿਆ ਬਰਦਾਸ਼ਤ ਕਿਵੇਂ ਕਰੇ ਸਨ, ਤੇਰੀ ਹਯਾਤੀ ਹੋਵੇ ਗਈਏ ਫਿਜ਼ਾ ਭਾਈ ਸਾਹਿਬ, ਭਜਦੀ ਆਈ ਆਦੀ ਜ਼ੈਨਬ ਉਜੜ ਗਈਏ ਭਰਾ ਦਾ ਜ਼ਿੰਦਾ ਮੌਜਜ਼ਾ ਵੇਖਾ, ਦਰਖਤ ਹਰ ਪੱਤੇ ਜੂ ਤੇਰੇ ਬਿਰਾ ਹੁਸੈਨ ਦਾ ਖੂਨ ਜਾਰੀ ਏ, ਹਾ ਜੀਓ ਪਏ ਤੁਹਾਡੀਆਂ ਜ਼ਿੰਦਗੀਆਂ, ਜਿਹੜੇ ਮਾਤਮੀ ਆ ਬੈਠੇ ਹੋ ਕਈ ਪੱਖੀ ਹਨ ਜਿਹੜੇ ਪਰ ਰੰਗੀਨ ਕਰੇਂਦੇ ਹਨ, ਹਯਾਤੀ ਉਹਨੇ ਮਰ ਮਰ ਕੇ ਜ਼ਮੀਨ ਤੇ ਡਾਂਦੇ ਵਹਿੰਦੇ ਹਨ, ਆਦੀ ਏ ਸਹਾਰਾ ਦੇ ਮੈਨੂੰ ਦਰਖਤ ਕੋਲ ਲੈ ਵਾਜ, ਅੱਲਾ ਜਾਣਦਾ ਫਿਜ਼ਾ ਸਹਾਰਾ ਦਿੱਤਾ ਹੈ, ਟੁਰ ਪਈ ਏ ਅਲੀ ਦੀ ਧੀ, ਉਹ ਜਿਹੜੇ ਜਵਾਨ ਆਏ ਬੈਠੇ ਹੋ ਕੋਲ ਆਈਏ ਦਰਖਤ, ਪੱਖੀਆਂ ਨੂੰ ਮਰਦਾ ਡਿੱਠਾ ਅਲੀ ਦੀ ਧੀ, ਦਰਖਤ ਨੂੰ ਗੱਲ ਨਾ ਲਾ ਕੇ ਆਦੀ ਏ ਪੱਖੀ ਮਰਦੇ ਵੇਂਦੇ ਨੀ ਭੈਣ ਜੀਂਦੀ ਵਧੀ ਆਈ, ਹਯਾਤੀ ਉਹਨੇ ਉਹ ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ, ਦੂਆ ਮੈਣ ਕਰਕੇ ਆਦੀ ਏ ਮੈਨੂੰ ਨਹੀਂ ਭੁੱਲਦਾ ਤੇਰਾ ਔਖਾ ਘੋੜੇ ਤੂੰ ਲਾਣਾ, ਤ੍ਰਿਆ ਵਾਇਣ ਕਰਕੇ ਆਦੀ ਏ ਨਹੀਂ ਭੁੱਲਦਾ ਜਿਵੇਂ ਸ਼ਿਮਰ ਦੇ ਖੰਜਰ ਵਿੱਚ ਸਕੀਨਾ ਹੱਥ ਪੈਂਦੀ ਰਹੀ ਏ, ਹਯਾਤੀ ਉਹਨੇ ਉਹ ਮੈਂ ਕਿਵੇਂ ਪੜਾ ਮੈਂ ਸਯਦਾ, ਇੱਕ ਮੁਸਲਮਾਨ ਆਇਆ ਹੈ ਜੇ ਸਲੀ ਦੀ ਧੀ ਨੂੰ ਭਰਾਵਾਂ ਦੀ ਮੁਕਾਨ ਦਿੱਤੀ ਏ, ਜ਼ੈਨਬ ਦੇ ਹੱਥ ਖੁੱਲ ਗਏ ਮਿੱਟੀ ਤੇ ਬਾਂਦੀ ਬਾਂਦੀ ਬਹਿ ਗਈ ਏ, ਫਿਜ਼ਾ ਦੀ ਸਜਾਦ ਭਾਜਾ ਫੁੱਫੀ ਮਰ ਗਈ ਏ, ਹਯਾਤੀ ਉਹਨੇ ਉਹ ਤੁਹਾਡੀਆਂ ਜ਼ਿੰਦਗੀਆਂ ਮੈਂ ਨੌਕਰ ਨੌਕਰਾਂ ਨੌਕਰਾਂ ਤੁਹਾਡਾ ਖਾਦਮਾ ਸੱਜਾ ਦੌੜਿਆ ਹੈ ਫੁੱਫੀ ਦੇ ਚਿਹਰੇ ਤੇ ਆ ਛੜਿਆ ਹੈ, ਆ ਰੋ ਕਿਆ ਦੇ ਮੈਨੂੰ ਅੱਜ ਪਤਾ ਲੱਗਾ ਮੈਂ ਯਤੀਮ ਹੋ ਗਿਆ, ਹਯਾਤੀ ਉਹਨੇ ਰੋ ਰੋ ਕਿਆ ਦੇ ਬੈਠੇ ਵਤਨ ਤੇ ਮਰਿਆ, ਅੱਲਾ ਜਾਣਦਾ ਤੈਨੂੰ ਜਿੰਨਾ ਤੁਲ ਬਕੀਏ ਦਫਨ ਕਰਾ, ਜੀ ਨੌਕਰਾਂ ਦਾ ਕਰਬਲਾ ਮਰਿਆ ਭਰਾਵਾਂ ਦੇ ਹੱਥ ਵਿਚਕਾਰ ਦਫਨ ਕਰਾ, ਤੁਹਾਡੀ ਹਯਾਤੀ ਹੋਵੇ ਨਾ ਜਿਹੜਾ ਬੰਦਾ ਹੁਣ ਮਾਤਮ ਨਹੀਂ ਕਰਦਾ ਉਹ ਤੁਹਾਡੀਆਂ ਜ਼ਿੰਦਗੀਆਂ ਹੋਵੇ, ਹਾਲ ਹੋਏ ਅੱਲਾ ਲੱਕੜੀਆਂ ਇਕੱਠੀਆਂ ਕੀਤੀਆਂ, ਰੋ ਕਿਆ ਦੇ ਡਾਡੀ ਫਿਜ਼ਾ ਮੈਂ ਪਾਣੀ ਮੁਹੱਈਆ ਕਰੇ ਨਾ, ਤੂੰ ਮੇਰੀ ਰੁਲ ਮੋਈ ਫੁੱਫੀ ਨੂੰ ਗੁੱਸਲ ਦੇ, ਹੁਣ ਜਿੰਨਾ ਝੋਲੀਆਂ ਚ ਪੁੱਤਰ ਹੋਵੇ ਝੋਲੀਆਂ ਫੈਲਾ ਪਵੇ, ਵਾਲਿਦ ਸਾਹਿਬ ਫਰਮਾਉਂਦੇ ਆ ਨੂਰ ਦੀਆਂ ਕਨਾਤਾਂ ਲੱਗੀਆਂ ਹਾਏ ਤਤਹੀਰ ਦੇ ਪਰਦੇ ਬਣੇ, ਯਾਰ ਲਈ ਦੀ ਧੀ ਆਈ ਨਾ, ਅੱਲਾ ਜਾਣਦਾ ਸਜਾਦ ਕੰਢ ਦੇ ਪਿੱਛੋਂ ਪਾਣੀ ਬੈਠਾ ਦਿੰਦਾ,
ਹੁਸਲ ਨੂੰ ਦੇਰ ਹੋਈ ਏ ਸਜਾਦਾ ਦਾਦੀ ਦੇਰ ਕਿਉਂ ਗਈ ਏ ਆਦੀ ਦਾਈ ਮਰੀ ਕੁਝ ਨਾ ਪੁੱਛ ਮੈਨੂੰ ਆਦੀ ਆਈ ਮੇਰੀ ਕੰਡ ਜ਼ਖਮੀ ਏ ਅੱਜ ਮੈਂ ਡਿੱਠਾ ਜ਼ੈਨਬ ਦਾ ਸਾਰੀ ਜ਼ਖਮੀ ਏ ਯਾਦੀਆਂ ਹੁਣੇ ਆ ਮੇਰੇ ਮੌਲਾ ਇਹਨਾਂ ਲੋਕਾਂ ਨੂੰ ਖੁਰਲਾਂਦਾ ਵੇਖ ਸ਼ਾਮ ਦੇ ਟਾਈਮ ਉਹ ਜਿਹੜੇ ਮਾਤਮੀ ਆਏ ਬੈਠੇ ਹੋ ਮਿਲ ਗਿਆ ਗੁਸਲ ਮਿਲ ਗਿਆ ਗੁਸਲ ਗੁਸਲ ਤੋਂ ਬਾਅਦ ਕਿਹੜੀ ਸ਼ਾਇਦ ਦੀ ਲੋੜ ਆਉਂਦੀ ਹੈ ਬੋਲੋ ਮੇਰੇ ਨਾਲ ਕਫਨ ਦੀ ਹੈ ਹਥੀ ਉਹ ਵੀ ਤੇਰਾ ਨੌਕਰਾ ਫਿਜ਼ਾਤ ਵਧਾਇਆ ਹੈ ਸਜਾਦ ਫੁੱਫੀ ਦਾ ਕਫਨ ਦੇ ਅੱਲਾ ਜਾਣਦੇ ਸੱਜੇ ਵੇਦਾ ਖੱਬੇ ਵੇਦਾ ਆਦਾ ਕਿੱਥੋਂ ਕਫਨ ਲਾਇਆ ਵਾ ਮੈਨੂੰ ਸ਼ਾਮ ਗਰੀਬਾਂ ਦੀ ਲੁੱਟ ਖਾ ਗਈ ਹਯਾਤੀ ਉਹਨੇ ਉਹ ਯਾਰ ਤੁਹਾਡੀਆਂ ਜ਼ਿੰਦਗੀਆਂ ਵੇਨ ਜਿਨੋ ਕਰ ਆਪਣੀ ਅਬਾ ਲਹਾਈ ਵਿਚੂ ਕਰਬਲਾ ਦੀ ਖਾਕ ਛੰਡੀ ਹਯਾਤੀ ਹੋਈ ਰੋ ਕਹਿ ਦੇ ਡਾਡੀ ਮੇਰੀ ਰੁਲ ਮੋਈ ਫੁੱਫੀ ਨੂੰ ਕਫਨ ਦੇ ਮਿਲ ਗਿਆ ਕਫਨ ਪਰਦੇ ਦੇ ਅੰਦਰ ਜਨਾਜ਼ਾ ਆਉਣਾ ਹੈ ਜ਼ੈਨਬ ਦਾ ਕੋਈ ਮਰਦ ਉਦੇ ਵੇਖੇ ਹੀ ਨਹੀਂ ਕੋਈ ਮਰਦ ਹੱਥ ਹੀ ਨਾ ਲਾਵੇ ਸਰਗਾਣਿਆਂ ਨੂੰ ਅੱਖਾਂ ਬੱਤੀਆਂ ਬੰਦ ਕਰ ਛੁੜਿਆ ਹੈ ਜਿਸਲੇ ਅਲੀ ਦੀ ਧੀ ਦਾ ਤਾਬੂਤ ਆਵੇ ਉਹ ਤੁਹਾਡੀ ਹੌਸਲਾ ਮੇਰਾ ਬੇਟਾ ਉਹ ਮੂੰਹ ਤੇ ਮਾਤਮ ਕਰਨ ਵਾਲਾ ਤੇਰੀ ਜ਼ਿੰਦਗੀ ਦਰਾਜ਼ ਹੋਵੇ ਅੱਲਾ ਜਾਣਦਾ ਹੈ ਮਿਲ ਗਿਆ ਗੁਸਲ ਮਿਲ ਗਿਆ ਕਫਨ ਜਨਾਜ਼ਾ ਤਿਆਰ ਬੋਲੋ ਮੇਰੇ ਨਾਲ ਕਿਤਨੇ ਬੰਦੇ ਹੁੰਦੇ ਨੇ ਚਾਵਾਂ ਨਾਲੇ ਸ਼ੀਆ ਹੀ ਬੈਠੇ ਨੌਕਰ ਚਾਰ ਬੰਦੇ ਹੁੰਦੇ ਨੇ ਆਪ ਸੋਚੋ ਹਾਏ ਬਾਕਰ ਦਾ ਸਨ ਛੋਟਾ ਫਿਜ਼ਾ ਜ਼ਈਫ ਨਾਲੇ ਮਸਤੂਰੇ ਤੇਰਾ ਨੌਕਰ ਅੱਲਾ ਜਾਣਦਾ ਸੱਜਾ ਦਾ ਹੈ ਉੱਚੀ ਜਈਆ ਹੱਥ ਚੜਿਆ ਹੈ ਕਰਬਲਾ ਦਰਬਾਈ ਵਦਾ ਗਿਆ ਦਾ ਅਕਬਰ ਆਵਿਆ ਪਾਲਣ ਵਾਲੀ ਮਰ ਗਈ ਹੈ ਉਹ ਜਿਹੜੇ ਮਾਤਮੀ ਆਏ ਬੈਠੇ ਹੋ ਅੱਲਾ ਜਾਣਦਾ ਹੈ ਅਕਬਰ ਦੇ ਨਾਵਾਂ ਦਾ ਸੱਜਾਦ ਸਦਮਾ ਰਿਹਾ ਹੈ ਹੁਸੈਨ ਦੀ ਜ਼ਰੀ ਹੱਲੇ ਲੱਗ ਗਈ ਹੈ ਸੈਯਦ ਸੱਜਾਦ ਚਾਇਆ ਹੈ ਹਾਏ ਅਕਬਰ ਦੇ ਸੀਨੇ ਤੇ ਰੱਖਿਆ ਹੈ ਹੌਲੇ ਜਿਹੀ ਆਵਾਜ਼ ਆਈ ਉੱਠੀ ਛੋੜ ਮਜ਼ਾਰ ਹੁਣ ਸ਼ਾਮ ਵਜਾਏ ਮੇਰੇ ਨਾਨੇ ਦੀ ਤਸਵੀਰੇ ਮਾਂ ਮਰ ਗਈ ਘਰ ਮਾਤਮ ਮਾਂ ਮਰ ਗਈ ਆਈ ਮਾਂ ਮਰ ਗਈ ਆਈ ਮਾਂ ਮਰ ਗਈ ਤੇਰੇ ਅੱਲਾਹ ਜੀ ਯਾਰ ਬੱਚਿਆਂ ਦੀ ਹਾਲਤ ਵੇਖੋ ਨਾ ਜੀ ਨੌਕਰਾਂ ਉੱਠੀ ਛੋੜ ਮਜ਼ਾਰ ਹੁਣ ਸ਼ਾਮ ਵਜਾਏ ਅੱਛਾ ਜੇ ਮੈਨੂੰ ਰੋਕੇ ਇੱਛਾ ਜਿਹੜੇ ਮਾਤਮੀਆਂ ਬੈਠੇ ਹੋ ਸੱਜਾ ਪਾਵਾ ਸੱਜਾ ਚਾਇਆ ਵੇ ਕਿਵੇਂ ਬਰਦਾਸ਼ਤ ਕਰੇ ਸਨ ਖੱਬਾ ਪਾਵਾ ਬਾਕਰ ਅੱਲਾ ਜਾਣਦਾ ਪਿਛਲੇ ਧੂਪ ਪਾਵੇ ਉਹਦੇ ਥੱਲੇ ਫਿਜ਼ਾ ਹੱਥ ਦਿੱਤੀਆਂ ਦੀ ਏ ਆਦੀਆਂ ਦੀ ਅਸੈ ਨਬ ਸਦਿਆ ਤੇ ਸੁਜਾ ਆਇਆ ਤਾਂ ਕੋਈ ਨਹੀਂ ਇਤਨੇ ਤਾਈ ਆਵਾਜ਼ ਆਈ ਏ ਮੈਂ ਪਹੁੰਚ ਗਿਆ ਤੂੰ ਕੌਣ ਏ ਮੈਂ ਮਦੀਨੇ ਵਾਲਾ ਮੁਹੰਮਦ ਹਾਂ ਵਤ ਆਵਾਜ਼ ਆਈ ਏ ਮੈਂ ਹਸਨ ਅਮੀਰ ਹਾਂ ਇਤਨੇ ਤਾਈ ਆਵਾਜ਼ ਆਈ ਏ ਮੈਂ ਕਰਬਲਾ ਦਾ ਗਰੀਬ ਹਾਂ ਕਰਬਲਾ ਦਾ ਗਰੀਬ ਦਾ ਨਾਮ ਆਇਆ ਜ਼ੈਨਬ ਦੀ ਢਾਹ ਨਿਕਲ ਗਈ ਹੈ ਆਦੀ ਸਜਾਦ ਪਿਓ ਕੋਲ ਪੁੱਛ ਗਈ ਹੋਰ ਸ਼ਾਮੇ ਤਾਂ ਜ਼ੈਨਬ ਹਯਾਤੀ ਉਹਨੇ ਉਹ ਤੁਹਾਡੀਆਂ ਜ਼ਿੰਦਗੀਆਂ ਦਾ ਰਾਜ਼ ਨੌਕਰਾਂ ਤੁਹਾਡਾ ਨੌਕਰਾਂ ਹਾਏ ਜਿਨ੍ਹਾਂ ਨੂੰ ਉੱਠ ਕੇ ਮਾਥਮ ਕਰਨਾ ਹੈ ਇਤਨੇ ਤਾਈ ਆਵਾਜ਼ ਆਈ ਹੈ ਹਾਏ ਉਹ ਮੇਰੀ ਕਿਸਮਤ ਸਜਾਦ ਦੇ ਕੌਣ ਆਵਣ ਵਾਲਾ ਆਵਾਜ਼ ਆਈ ਨਹੀਂ ਉਹ ਸੁਜਾਤਾ ਮੈਂ ਅਕਬਰ ਆ ਗਿਆ ਹਯਾਤੀ ਨੇ ਅੱਲਾ ਜਾਣਦਾ ਅਕਬਰ ਦਾ ਨਾਮ ਆਇਆ ਹੈ ਹਾ ਜ਼ੈਨਬ ਦੀ ਮਈਆ ਥੱਲੇ ਲੱਗ ਗਈ ਹੈ ਸੱਜਾਦ ਜੀ ਫੁੱਫੀ ਨਾਨਾ ਆਇਆ ਹੈ ਹਾ ਫੁੱਫੀ ਆਇਆ ਹੈ ਚਾਚਾ ਹਸਨ ਹੀ ਆਇਆ ਜੀ ਹਾ ਫੁੱਫੀ ਆ ਗਈ ਹੈ ਫੁੱਫੀ ਅਕਬਰ ਹੀ ਆ ਗਈ ਹੈ ਅਕਬਰ ਦਾ ਨਾਮ ਆਇਆ ਜ਼ੈਨਬ ਦੀ ਢਾਹ ਨਿਕਲ ਗਈ ਹੈ ਰੋ ਕਦੀ ਇਹਨਾਂ ਸਾਰਿਆਂ ਕੋਲ ਪੁੱਛ ਜਿਹੜੇ ਮਾਤਮ ਦੇ ਆਦੀ ਹੋ ਇਹਨਾਂ ਸਾਰਿਆਂ ਕੋਲ ਪੁੱਛ ਮੇਰੀ ਫੁੱਫੀ ਪਈ ਪੁੱਛਦੀ ਏ ਉਹ ਕਿਉਂ ਨਹੀਂ ਆਇਆ ਸੁਣ ਮੌਤ ਮੇਰੀ ਦਾ ਮਾਂ ਉਮ
ਕਮਲ ਬਣੀਨ ਦਾ ਲਾਲੇ ਇਹ ਜੋ ਫਖਰ ਕੀਤਾ ਸਮਾਤਮ ਹੁਸੈਨ ਜੀ ਬੇਟਾ ਤੇਰਾ ਨੌਕਰ ਉਹ ਕਿਉਂ ਨਹੀਂ ਆਇਆ ਉਹ ਕਿਉਂ ਨਹੀਂ ਆਇਆ ਉਹ ਕਿਉਂ ਨਹੀਂ ਆਇਆ ਉਹ ਕਿਉਂ ਨਹੀਂ ਆਇਆ ਸੁਣ ਮੌਤ ਮੇਰੀ ਦਾ ਮਾਂ ਉਮਲ ਬਣੀ ਅੱਛਾ ਉਹ ਜਵਾਨੋ ਜੋ ਤੁਹਾਡਾ ਦਿਲ ਬਣ ਗਿਆ ਮਾਥਮ ਤੇ ਇਤਨੇ ਤਾਈਂ ਆਵਾਜ਼ ਆਈ ਹੈ ਹਾਏ ਉਹ ਸਾਡੀ ਕਿਸਮਤ ਆਇਓ ਸਾਡੀ ਕਿਸਮਤ ਸਜਾਦਾ ਦਾ ਕੌਣ ਕਿਸਮਤ ਨੂੰ ਰੋਣਾ ਲੈ ਆਵਾਜ਼ ਆਈ ਆ ਸਰ ਰਈਆ ਤਹਾਏ ਅਲੀ ਅਕਬਰ ਦੀ ਓ ਉਜੜੇ ਮੁਲਕ ਦਾ ਸ਼ਾਏ ਸਾਨੂੰ ਫਜਰ ਨੂੰ ਮਾਵੇ ਹਾਏ ਦੱਸਿਆ ਏ ਤੁਹਾਡੀ ਮਾਂ ਦਾ ਆਖਰੀ ਸਾਹੇ ਰੋ ਕਹਿ ਦੇ ਅਸਾਂ ਸ਼ਾਮ ਚ ਮਾਨੂ ਅਸਾਂ ਸ਼ਾਮ ਚ ਮਾਨੂ ਅਸਾਂ ਸ਼ਾਮ ਚ ਮਾਨੂ ਮੇਰਾ ਅੱਲਾ ਜਿਹੜੇ ਮੂੰਹ ਮੇਰੇ ਹਾਜ਼ਰ ਹਨ ਜਾਂ ਗੈਰ ਹਾਜ਼ਰ ਹਨ ਇਹਨਾਂ ਦੇ ਦਿੱਲੀ ਬਖਸ਼ਣ ਮਤਲਬ ਸਾਰੇ ਪੂਰੇ ਫਰਮਾ ਮੀਆਂ ਸਾਹਿਬਾਨ ਦੀ ਪੂਰੀ ਵਿਛਾਈ ਮਨਜ਼ੂਰ ਫਰਮਾ ਮੀਆਂ ਗੁਲਾਮ ਹਸਨ ਗੁਲਾਮ ਅੱਬਾਸ ਨੂੰ ਸ਼ਫਾਏ ਕਾਬਲਾ ਅਤਾ ਫਰਮਾ ਇਹਨਾਂ ਦੀ ਉਮਰ ਦਰਾਜ ਫਰਮਾ ਇਹਨਾਂ ਦੇ ਰਿਜ਼ਕ ਵਿੱਚ ਬਰਕਤ ਪਾ ਇਹਨਾਂ ਨੂੰ ਦਿਨ ਦੁਗਰੀ ਰਾਤ ਚੰਗੜੀ ਤਰੱਕੀ ਅਤਾ ਉਹ ਤੁਹਾਡਾ ਨੌਕਰ ਅਸਾਂ ਰਈਆ ਤਹਾਏ ਅਸਾਂ ਰਈਆ ਤਹਾਏ ਅਸਾਂ ਰਈਆ ਤਹਾਏ ਅਲੀ ਅਕਬਰ ਦੀ ਆਏ ਉਜੜੇ ਮੁਲਕ ਦਾ ਸ਼ਾਏ ਸਾਨੂੰ ਫਜਰ ਨੂੰ ਮਾਵੇ ਸਾਨੂੰ ਫਜਰ ਨੂੰ ਮਾਤਮ ਹੁਸੈਨ